ਨੰਬਰ 6 ਪੁੜਿਆਂ ਨੂੰ ਹਿਲਾਉਣਾ। ਇੱਕ ਪੁੜਾ ਅੱਗੇ ਨੂੰ ਚੁੱਕ ਕੇ ਅਗਾਂਹ ਨੂੰ ਕਰੋ, ਫਿਰ ਦੂਜਾ ਪੁੜਾ ਅਗਾਂਹ ਨੂੰ ਕਰੋ, ਇਸੇ ਤਰ੍ਹਾਂ ਅੱਗੇ ਨੂੰ ਆਓ ਔਰ ਫਿਰ ਪਿੱਛੇ ਨੂੰ ਜਾਓ। ਦੋ ਤਿੰਨ ਵਾਰੀ ਹੋਰ ਅਗਾਂਹ ਅਤੇ ਪਿੱਛੇ ਨੂੰ ਕਰੋ। ਜੇਕਰ ਬਹੁਤ ਸੌਖਾ ਲੱਗੇ ਤਾਂ ਹੌਲੀ ਹੌਲੀ ਅੱਗੇ ਪਿੱਛੇ ਜਾਣਾ ਜ਼ਿਆਦਾ ਕਰੋ, 15 ਵਾਰੀ ਤੱਕ ਲਿਜਾਓ। ਪੁੜਿਆਂ ਨੂੰ ਹਿਲਾਉਂਦੇ ਹੋਏ ਇੱਕ ਬਾਂਹ ਬਾਹਰ ਨੂੰ ਕਰਕੇ ਰੋਕੋ, ਜੇ ਅਜੇ ਵੀ ਬਹੁਤ ਸੌਖਾ ਹੋਵੇ ਤਾਂ ਦੋਨੋਂ ਬਾਹਾਂ ਬਾਹਰ ਨੂੰ ਕਰਕੇ ਰੋਕੋ। ਕੋਈ ਕਵਿਤਾ ਜਾਂ ਕੋਈ ਗਾਣਾ ਯਾਦ ਆਵੇ ਤਾਂ ਉਹਨੂੰ ਗੁਣਗੁਣਾਓ। ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਅਗਰ ਹੋਰ ਕਰਨਾ ਚਾਹੋ ਤਾਂ ਅਗਲੀ ਕਸਰਤ ਵੱਲ ਚਲੋ।